दया करो मेरे साईं, दया करो मेरे साईं, दया करो मेरे साईं, दया करो मेरे साईं। रे दिनस गुरु चरण अमृत वेले दा समा है, साहिबां दे चरणां विच अरजोईयां करिए, बेनतियां करिए, तरले पाइए, सब तो कीमती शै मंगण दे लई महाराज कहिंदे ने बेनतियां कर। सब तो कीमती शै कहिंदे रहण दिनस गुर चरण राधी, गुरु दे चरणा दे नाल मेरी लिव लगी रही, हर समा मेरे चेते दे विच, मेरी याद दे विच मेरे गुरु नानक होण। आखो सतनाम। इस तो वड्डी शै साध संगत, इस तो वड्डी बख्शिश नहीं हो सकती कोई। रात दिन मेरी सुरती दे विच, मेरे ध्यान दे विच, मेरियां यादां दे विच गुरु नानक आप जी दा नाम हो, आप जी मेरियां यादां च हो। रहण दिनस गुर चरण राधी, साहिब कहिंदे दया करो मेरे, मेरे ते दया कर, आ कृपा कर दियो वाहेगुरु जी। हर एक सवास तुहाडी याद दे विच आवे, ते हर एक सवास तुहाडी याद दे विच जावे। महापुरख वचन करदे सन, कहिंदे सवास कोरा आंदा है, वाहिगुरु जी दे खजाने विचों सवास आया कोरा है, ब्लैंक। कुदरत ने, रब ने, मालक ने सानू कहा लिख जो कुछ लिखना ही सवास दे विच। आखो सतनाम। लिख इस सवास विच की लिखना चाहुंदा। हुण उह सवास अंदर गया ते जे बाहर निंदिया दे बोल ते राही निकलदा पिया ते निंदिया लिखी गई। अंदर ब्लैंक गया, खाली गया, जे ईरखा वाले बोल उह सवास निकले ते उहदे सवासां दे च ईरखा लिखी गई। किसी दा घर तोड़न वाला कोई बोल उहनां सवासां चों बाहर निकलिया, उह माड़े कर्म लिखे गए। ब्लैंक अंदर गया सी, खाली अंदर गया सी, ते जे वाहेगुरु लिख के बाहर निकलिया ते सीधा वाहेगुरु जी दे खजाने च जमा हो जाएगा। आखो सतनाम। सत श्री अकाल। जिहड़े सवासां दे विच वाहिगुरु लिखिया होएगा कीमत पेगी उन्हां सवासां दी।
ਐਵੇਂ ਨਹੀਂ ਮਹਾਰਾਜ ਸਾਨੂੰ ਬੇਨਤੀਆਂ ਕਰਨੀਆਂ ਸਿਖਾ ਰਹੇ ਨੇ, ਜੋਦੜੀਆਂ ਕਰਨੀਆਂ ਸਿਖਾ ਰਹੇ, ਕਹਿੰਦੇ ਗਿੜਗਿੜਾ ਤਰਲੇ ਪਾ ਤਰਲੇ। ਮਾਇਆ ਪਿੱਛੇ ਕਿੰਨਾ ਗਿੜਗਿੜਾਨੇ ਆ, ਪੁੱਤਰ ਪਿੱਛੇ ਕਿੰਨਾ ਗਿੜਗਿੜਾਨੇ ਆ, ਕੋਈ ਕਾਰਜ ਸਿੱਧ ਹੋ ਜਾਵੇ ਕਿੰਨਾ ਗਿੜਗਿੜਾਨੇ ਆ, ਰੋਂਦੇ ਆ ਤਰਲੇ ਪਾਉਂਦੇ ਆ, ਅੰਦਰੋਂ ਹੂਕ ਨਿਕਲਦੀ ਦਰਦ ਵਿੱਚ ਪੁਕਾਰਾਂ ਕਰਦੇ ਆ। ਕੋਈ ਬੇਨਤੀ ਦੁਨਿਆਵੀ ਕਰਨੀ ਹੋਵੇ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਕਹਿੰਦੇ ਆ ਦਰਗਾਹੀ ਬੇਨਤੀ, ਕਹਿੰਦੇ ਅੰਦਰੋਂ ਤੇਰੇ ਹੂਕ ਨਿਕਲੇ, ਅੰਦਰੋਂ ਜੋਦੜੀ ਅੰਦਰੋਂ ਨਿਕਲੇ। ਰਹਿਣ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਸਾਈਂ। ਇਹ ਮੇਰੇ ਸਾਈਂ, ਮੇਰੇ ਰੱਬ, ਮੇਰੇ ਵਾਹਿਗੁਰੂ, ਆ ਕਿਰਪਾ ਕਰ ਰਾਤ ਦਿਨ ਤੁਹਾਡੀਆਂ ਯਾਦਾਂ ਚ, ਤੁਹਾਡੇ ਪਿਆਰ ਚ, ਤੁਹਾਡੀ ਸਿਮਰਨ ਚ ਆ ਜੀਵਨ ਤੁਰਦਾ। ਆਰੰਭ ਕਰਦਿਆਂ ਹੋਇਆ ਕਹਿੰਦੇ ਕਹਿੰਦੇ ਜੇ ਗੁਰ ਝਿੜਕੇ ਤਾਂ ਮਿੱਠਾ ਲਾਲ, ਜੇ ਬਖਸ਼ੇ ਤਾਂ ਗੁਰ ਵਡਿਆਈ। ਗੁਰੂ ਦੀ ਝਿੜਕ ਜਿਹੜੀ ਹੈ ਨਾ ਸਾਸੰਗ, ਗੁਰੂ ਦੀ ਝਿੜਕ, ਗੁਰੂ ਦੀ ਮਾਰ ਜਿਹੜੀ ਹੈ ਉਹ ਤਾਰਦੀ ਹੈ। ਆਖੋ ਸਤਨਾਮ ਵਾਹਿਗੁਰੂ। ਮੂਰਤੀਕਾਰ ਪੱਥਰ ਨੂੰ ਸੱਟ ਮਾਰਦਾ ਕਿਸ ਮਕਸਦ ਦੇ ਨਾਲ, ਕੀ ਮਕਸਦ? ਦੇਖਣ ਵਾਲਾ ਵੇਖ ਰਿਹਾ ਕਿੱਡਾ ਜ਼ਾਲਮ ਸੱਟ ਮਾਰਦਾ, ਪਰ ਮੂਰਤੀਕਾਰ ਨੂੰ ਪੁੱਛੋ ਕਹਿੰਦੇ ਆ ਪੱਥਰ ਨੂੰ ਮੂਰਤ ਬਣਾਉਣਾ ਹੈ। ਆਖੋ ਸਤਨਾਮ। ਇਹ ਪੱਥਰ ਦੀ ਕੀਮਤ ਪਾਣੀ ਹੈ, ਕੀਮਤ ਪਾਣੀ ਹੈ। ਜੇ ਗੁਣ ਝਿੜਕੇ ਤਾਂ ਮਿੱਠਾ, ਕਹਿੰਦੇ ਜੇ ਬਖਸ਼ੇ ਤਾਂ ਗੁਰ ਵਡਿਆਈ, ਜੇ ਬਖਸ਼ ਦੇਵੇ ਤੇ ਵਡਿਆਈਆਂ ਮਾਲਕ ਦੀ। ਗੁਰਮੁਖ ਬੋਲੇ ਸੋ ਥਾਏ ਪਾਏ, ਗੁਰਮੁਖ ਜਨ ਜੋ ਬੋਲਦੇ ਨੇ, ਗੁਰਮੁਖ ਜਨ ਜੋ ਬੋਲਣ ਸਾਸੰਗ ਥਾਏ ਪੈ ਜਾਂਦਾ। ਆਖੋ ਸਤਨਾਮ। ਕਿਉਂਕਿ ਗੁਰਮੁਖ ਬੋਲਦਾ ਹੀ ਉਹ ਹੈ ਜੋ ਗੁਰੂ ਨੂੰ ਪਾਉਂਦਾ ਹੋਵੇ, ਗੁਰਮੁਖ ਬੋਲਦਾ ਹੀ ਉਹ ਹੈ ਜੋ ਗੁਰੂ ਨੂੰ ਚੰਗਾ ਲੱਗਦਾ ਹੋਵੇ। ਜਿਹੜੇ ਬੋਲ ਗੁਰੂ ਨਾਨਕ ਨੂੰ ਪਾਉਂਦੇ ਨੇ ਗੁਰਮੁਖ ਉਹ ਬੋਲ ਬੋਲਦੇ ਨੇ, ਉਹ ਬੋਲ ਬੋਲਦੇ ਨੇ। ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਏ। ਮਨਮੁਖ ਦਾ ਬੋਲਿਆ ਹੋਇਆ, ਮਨਮੁਖ ਦਾ ਕੀਤਾ ਕੋਈ ਕੰਮ, ਸਾਹਿਬ ਕਹਿੰਦੇ ਨੇ ਮਨਮੁਖ ਕਿਛ ਥਾਏ ਨਾ ਪਾਏ। ਨਾ ਮਨਮੁਖ ਥਾਏ ਪੈਂਦਾ, ਨਾ ਮਨਮੁਖ ਦੇ ਕੀਤੇ ਕੋਈ ਕਰਮ ਥਾਏ ਪੈਂਦੇ ਨੇ। ਮਨਮੁਖ ਕੌਣ ਹੋਇਆ? ਥੋੜੀ ਵਿਚਾਰ ਕਰ ਲਈਏ, ਮਨਮੁਖ ਕੌਣ ਹੋਇਆ? ਜਿਹੜਾ ਮਨ ਦੇ ਮਗਰ ਚੱਲਦਾ, ਮਨ ਦੀ ਸੁਣਦਾ ਹੈ। ਅੰਮ੍ਰਿਤ ਵੇਲੇ ਜਾਗਣ ਦਾ ਵੇਲਾ ਹੋਇਆ, ਮਨ ਨੇ ਕਿਹਾ ਸੋ ਜਾ, ਸਵੇਰੇ ਕੰਮ ਬੜੇ ਨੇ, ਸੁਣੀ ਮਨ ਦੀ ਤੇ ਸੋ ਗਿਆ। ਆਖੋ ਸਤਨਾਮ। ਮਨ ਵੱਲ ਮੁੱਖ ਹੋ ਗਿਆ, ਮਨ ਵੱਲ ਮੁੱਖ ਹੋ ਗਿਆ। ਉਦੋਂ ਚਾਹੀਦਾ ਸੀ ਮਨ ਵੱਲ ਪਿੱਠ ਕਰ ਲੈਂਦਾ, ਹੱਟ ਪਾਸੇ ਹੋ ਚੰਦਰਿਆ, ਤੂੰ ਗੁਰੂ ਵੱਲ ਪਿੱਠ ਕਰਾਏਗਾ ਮੇਰੀ। ਆਖੋ ਸਤਨਾਮ। ਤੇਰੇ ਕਰਕੇ ਮਾਰਾਂ ਖਾਂਦਾ ਵਾ। ਇਬਾਦਤ ਦਾ ਵੇਲਾ ਹੁੰਦਾ ਹੈ, ਇਬਾਦਤ ਦਾ ਵੇਲਾ ਹੁੰਦਾ ਹੈ ਤੇ ਆਲਸ ਪਾ ਕੇ ਰੱਖ ਦਿੰਦਾ ਇਹ ਮਨ। ਅੱਛਾ ਸਮਾਂ ਫ੍ਰੀ ਵੀ ਹੋਏਗਾ ਬੰਦੇ ਦੇ ਕੋਲ, ਅੰਦਰੋਂ ਇੱਕ ਹਲਕੀ ਹਲਕੀ ਆਵਾਜ਼ ਆ ਰਹੀ ਹੋਣੀ ਹੈ, ਪਵਿੱਤਰ ਆਵਾਜ਼ ਆ ਰਹੀ ਹੁੰਦੀ ਹੈ, ਚੱਲ ਸੁਖਮਨੀ ਕਰ ਲੈਂਦੇ, ਧਿਆਨ ਨਾਲ ਸੁਣ, ਚੱਲ ਥੋੜਾ ਕੀਰਤਨ ਸੁਣ ਲੈਂਦੇ, ਚੱਲ ਪੰਜ ਪਾਠ ਜਪਜੀ ਸਾਹਿਬ ਦੇ ਕਰ ਲੈ। ਇੱਕ ਨਿੰਮੀ ਨਿੰਮੀ ਆਵਾਜ਼, ਉਹ ਪਵਿੱਤਰ ਆਵਾਜ਼ ਆ ਰਹੀ ਹੁੰਦੀ ਹੈ, ਪਰ ਇਹ ਚੰਦਰਾ ਮਨ ਕੋਈ ਨੀ ਕਰ ਲੈਂਦੇ। ਆ ਦੋ ਮਿੰਟ ਦੇਖਾਂ ਤਾਂ ਸਹੀ ਵਟਸਐਪ 'ਚ ਆਇਆ, ਆ ਦੇਖਾਂ ਤਾਂ ਸਹੀ ਇੰਸਟਾਗ੍ਰਾਮ 'ਚ ਆਇਆ ਕੀ ਆ, ਵੇਖਾਂ ਤਾਂ ਸਹੀ ਮੇਲਾਂ ਚੈੱਕ ਕਰ ਲਵਾਂ, ਆ ਦੇਖਾਂ ਸਹੀ ਯੂਟਿਊਬ 'ਚ,
बस खाली पटकांदा है पांच मिनट लई लैके जांदा है पांच मिनट तो फिर पचास मिनट किवें होंदे फिर घंटा ते दो घंटे किवें होंदे फिर पता ही नहीं लगदा आखो सतनाम जिहड़ा वेला समा सी ओ फिर खा गया कल युग खा गया ए मन दे सदका आखो सतनाम मन दे मगर दौड़न वाला मन मुख मन दी मनण वाला मन मुख है गुरु दी मनण वाला गुरमुख आखो सतनाम सिंपल डेफिनेशन है गुरु कहते ने इबादत कर अमृत वेले मन कदे नहीं कहेगा उठ भजन कर शरीर थोड़ा जा थकिया होएगा ना थोड़ा भी एडा वड्डा करके मन दसेगा तुहानू एडा वड्डा करके एडा वड्डा करके वो मन तुहानू उस वेले दसेगा ते काल युग दे नाल रल के ए मन होर सासन बलवान हो जांदा है अमृत वेले तोड़ के रख दे अच्छा जे कोई थोड़ा बहुत तगड़ा होवे ते फिर पता किथे ले आके मारेगा मन चल 5 मिनट बाद उठदा वा आखो ये नहीं कहेगा कि चल अज दा अमृत वेला छड ओनू पता छड्डेगा ते है नहीं फिर लास्ट तैयार की है मन दे कोल काल युग दे कोल अच्छा 5 मिनट अच्छा 5 मिनट वो ऐसे खतरनाक होंदे ने 5 मिनट साथ संग जी की 5 मिनट अख क्या लगदी है ਜਦੋਂ ਘੜੀ ਵੇਖਦਾ ਬੰਦਾ 6 ਵਜੇ ਹੁੰਦੇ ਆਖੋ ਸਤਨਾਮ 5 ਵਜੇ ਹੁੰਦੇ 5:30 ਵਜੇ ਹੁੰਦੇ 2 ਵਜੇ ਦਾ ਵੇਲਾ 5 ਮਿੰਟ ਖਾਲੀ 5 ਮਿੰਟ ਉਹ 5 ਮਿੰਟ 3 ਘੰਟੇ ਤੇ ਜਾ ਕੇ ਪਈ ਬੇੜਾ ਗਰਕ ਕਰ ਦਿੰਦਾ ਤੇ ਪਾਤਸ਼ਾਹ ਕਹਿੰਦੇ ਮਨ ਮੁਖ ਕਿਛ ਥਾਏ ਨਾ ਪਾਈ ਫਿਰ ਕਹਿੰਦੇ ਨੇ ਪਾਲਾ ਕੱਕਰ ਵਰਫ ਵਰਸੈ ਆ ਸੁਣਿਓ ਜੀ ਧਿਆਨ ਦੇ ਨਾਲ मैं अपनी भी अरदास करा तुसी अपनी अरदास करो जिन्हें बैठे कर्मा वाले उथे ही हाथ जोड़ो उथे ही हाथ जोड़ो ओ गरीब निवाज आ पंगतियां तुसी बख्शिश कीतियां ने ए अवस्था है तो कृपा कीती है कोई तुरया होएगा तो कृपा कीती महाराज मेरी भी बांह पकड़ के तोर लो इस रस्ते च पाला ककर वर्फ वर्ष है गुरसिख गुर देख जो मर्जी हो जाए जो मर्जी महाराज कहते भावे पाला है ककर है वर्फ वर्ष है कुछ है कहते गुरसिख इन्ना को विकया होवे तेरा अंदरला इन्ना को विकया होवे तू रह ही ना सके आखो सतनाम सत श्री अकाल शम्मा जले और परवाना ना आवे सड़न वास्ते आखो सतनाम उनू पता सड़ के मर जाना शम्मा जली परवाना आया फुल खिलिया पवरा आया कोई नहीं सकता पवरा आवे ही नहीं कोई नहीं सकता अमृत वेले गुरु का सिख त्यार पे त्यार होके गुरु चरणा च आके बैंदे अमृत वेला होया गुरसिख ने कमर कसा कीता भजन लई आखो सतनाम सत श्री अकाल अमृत वेला होया गुरसिख ने कमर कसा कर लिया बंदगी दे लई कर इशनान सिमर प्रभ अपना मन तन भय साहिब कहते कोट विघन लाथे प्रभ सरना प्रगटे कर्मा वाले हो मैं सच कही ना जे बार बार मैं इथे आके रुकदा वा अपने भागा नु सलाओ जिन्ने तुसी इथे बैठे हो ओए भागा नु सलाओ गुरु नानक ने अमृत वेले दी गोदी दित्ती है आखो सतनाम गोदी दित्ती सत श्री अकाल
अपने भागा नूं सलाह ते गुरु नानक दे शुकराने च शीश झुकाओ। गुरु नानक ने अपने खजाने की सब तो कीमती बख्शिश, सब तो कीमती दात अमृत वेले की बंदगी सानू साध संगत दित्ती हुई है। बस बेनती है, कई बारी नागे पै जांदे ने, ओह कई बारी नूं हुण उड़ाओ। आखो सतनाम, तुहाडे विच बड़े ऐसे प्रेमी जिन्हां दा साध संगत जी नागा है ही, किन्ने मिलदे दास, किन्ने मिलदे उन्हां दी चरण धूड़ी मस्तक नूं लाना मैं साध संगत, उन्हां दे चरणां च नमस्कार जिहड़े विके। ਇਹ ਸਮਾਂ ਜਿਹਨੇ ਸੰਭਾਲ ਲਿਆ, ਬਾਬਾ ਜੀ ਬਚਨ ਕਰਦੇ ਸਨ ਗੁਰੂ ਨਾਨਕ ਉਹਦੀ ਬਾਹ ਨਹੀਂ ਛੱਡਦੇ, ਗੁਰੂ ਨਾਨਕ ਉਹਦੀ ਬਾਹ ਨਹੀਂ ਛੱਡਦੇ, ਓਏ ਜਿਹੜਾ ਆਮਰਤ ਵੇਲਾ ਨਾ ਛੱਡੇ। ਆਖੋ ਸਤਿਨਾਮ। ਇੱਕ ਬੇਨਤੀ ਮੈਂ ਹੋਰ ਕਰਦੇ ਹਾਂ, ਜੇ ਤੁਹਾਡੇ ਤੇ ਨਜ਼ਰ ਹੋ ਗਈ ਨਾ ਹੁਣ ਪੌੜੀ ਹੋਰ ਉੱਪਰ ਚੜ੍ਹ ਚੜ੍ਹ ਤੁਸੀਂ ਜਾਗਣ ਲੱਗ ਪਏ, ਗੁਰੂ ਨਾਨਕ ਦੀ ਨਜ਼ਰ ਲੈ ਰਹੇ ਹੋ, ਬੜੀ ਕਿਰਪਾ, ਬੜੀ ਕਿਰਪਾ। ਦਾਸ ਦਾ ਮਨ ਹੈ ਇੱਕ ਪੌੜੀ ਹੋਰ ਚੜ੍ਹ ਜਾ, ਇੱਕ ਪੌੜੀ, ਫਿਰ ਤਾਂ ਸਮਝ ਲਓ ਮੈਂ ਕਹਿੰਦਾ ਗੁਰੂ ਨਾਨਕ ਗੋਦੀ 'ਚ ਲੈ ਲੈ, ਗੋਦੀ 'ਚ ਲੈ ਲੈ, ਮੱਥਾ ਚੁੰਮਣਗੇ, ਪਿਆਰ ਕਰਨਗੇ, ਇੰਨਾ ਪਿਆਰ, ਇੰਨਾ ਪਿਆਰ, ਇੰਨਾ ਪਿਆਰ। ਸੱਸ ਪਾਤਸ਼ਾਹ ਕਹਿੰਦੇ ਉਹਦੀ ਧੂੜੀ ਮਸਤਕ ਨੂੰ ਮੈਂ ਲਾਵਾਂ, ਮਹਾਰਾਜ ਕਹਿੰਦੇ ਉਹਦੀ ਧੂੜੀ, ਤੁਹਾਨੂੰ ਗੁਰੂ ਨਾਨਕ ਸਾਹਿਬ, ਮੇਰੇ ਗੁਰੂ ਨਾਨਕ ਕਹਿੰਦੇ ਉਹਦੀ ਧੂੜੀ ਮੈਂ ਮਸਤਕ ਨੂੰ ਲਾਵਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪੈ। ਤੁਹਾਡਾ ਕੋਈ ਮਿੱਤਰ, ਕੋਈ ਬੇਲੀ, ਕੋਈ ਰਿਸ਼ਤੇਦਾਰ ਲਗਾਤਾਰ ਉਹਦੇ ਤੇ ਜ਼ੋਰ ਲਾ ਰਹੇ ਹੋ, ਲਾ ਰਹੇ ਹੋ, ਲਾ ਰਹੇ ਹੋ, ਨਹੀਂ ਉੱਠਦਾ, ਇੱਕ ਪਾਠ ਜਪਜੀ ਸਾਹਿਬ ਦਾ ਉਹਦੇ ਲਈ ਕਰੋ। ਹੁਣ ਤੁਸੀਂ ਕਹੋ ਜੀ ਮੈਂ ਉਹਦੇ ਲਈ ਇੱਕ ਪਾਠ ਕਰਾਂ ਜਪਜੀ ਸਾਹਿਬ ਦਾ, ਇਹਦੇ 'ਚ ਫਾਇਦਾ ਤੁਹਾਡਾ ਹੀ ਹੈ, ਸੱਚਾਈ ਜੀ। ਮਾਲੋ ਮਾਲ ਹੋ ਜਾਓਗੇ, ਮਾਲੋ ਮਾਲ ਹੋ ਜਾਓਗੇ, ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਉਹਦੇ ਲਈ ਅਰਦਾਸ ਕਰੋ, ਗੁਰੂ ਨਾਨਕ ਮੈਂ ਪੂਰਾ ਜ਼ੋਰ ਲਾ ਲਿਆ, ਨਹੀਂ ਉੱਠਦਾ। ਗਰੀਬ ਨਿਵਾਜ, ਇੱਕ ਪਾਠ ਜਪਜੀ ਸਾਹਿਬ ਮੈਂ ਰੋਜ਼ ਕਰਾਂਗਾ, ਸੱਚੇ ਪਾਤਸ਼ਾਹ ਉਹਨੂੰ ਵੀ ਅੰਮ੍ਰਿਤ ਵੇਲਾ ਬਖਸ਼। ਆਖੋ ਸਤਨਾਮ। ਜਿਸ ਦਿਨ ਉਹ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਹੋ ਗਿਆ ਤੁਹਾਡੀ ਪ੍ਰੇਰਨਾ ਦੇ ਨਾਲ, ਜਾਓ ਲਿਖ ਲਿਖ ਲਿਖ, ਜਿਸ ਦਿਨ ਤੁਹਾਡੀ ਪ੍ਰੇਰਨਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਤੁਹਾਡੀ ਪ੍ਰੇਰਨਾ ਦੇ ਨਾਲ ਸਾਧ ਸੰਗਤ ਤੋਂ ਉੱਠਣਾ ਸ਼ੁਰੂ ਹੋ ਗਿਆ, ਤੁਸੀਂ ਇਸ ਪੌੜੀ ਤੇ ਆਉਣਾ ਸ਼ੁਰੂ ਹੋ ਜਾਓਗੇ। ਆਪ ਜਪੋ ਅਵਰੈ ਨਾਮ, ਇੱਥੇ ਆ ਕੇ ਗੁਰੂ ਨਾਨਕ ਕਹਿੰਦੇ ਨੇ, ਮੇਰੇ ਨਾਨਕ ਜੀ ਕਹਿੰਦੇ ਨੇ, ਮੈਂ ਉਹਦੀ ਧੂੜੀ ਮੰਗਦਾ ਜਿਹੜਾ ਹਰ ਵੇਲੇ ਇਸ ਸਰੂਰ 'ਚ ਰਹਿੰਦਾ ਕਿ ਕੋਈ ਟੁੱਟਾ ਮਿਲੇ ਇਹ ਗੁਰੂ ਨਾਨਕ ਤੇਰੇ ਚਰਨਾਂ ਨਾਲ ਜੋੜਾਂ। ਆਖੋ ਸਤਨਾਮ। ਵਾਹਿਗੁਰੂ ਕੋਈ ਟੁੱਟਾ ਮਿਲੇ ਇਹ ਸੇਵਾ ਮੇਰੇ ਕੋਲ ਲੈ ਲੈ, ਗਰੀਬ ਨਿਵਾਜ ਇਹ ਸੇਵਾ ਮੇਰੇ ਕੋਲ ਲੈ ਲੈ, ਜੋੜਨ ਦੀ ਸੇਵਾ ਕਿਸੇ ਕੋਲ ਤਾਂ ਲੈਣੀ ਹੈ ਨਾ, ਗਰੀਬ ਨਿਵਾਜ ਮੇਰੇ ਕੋਲ ਲੈ ਲੈ, ਮੇਰੇ ਕੋਲ ਲੈ ਲੈ, ਮੰਗੇ ਡਟੇ ਰਿਹਾ ਲਿੰਕ ਭੇਜੋ, ਤੁਹਾਡੇ ਲਿੰਕ ਭੇਜਣ ਦੇ ਨਾਲ ਕੋਈ ਅੰਮ੍ਰਿਤ ਵੇਲੇ ਜਾਗ ਜਾਏ, ਮਾਲੋ ਮਾਲ ਹੋ ਜਾਏ, ਜਾਗ ਕੇ ਬੰਦਗੀ ਕਰੇਗਾ ਨਾ, ਭਲਾ ਤਾਂ ਉਹ ਆਪਣਾ ਕਰੇਗਾ ਕਰੇਗਾ, ਤੁਹਾਨੂੰ ਮਾਲੋ ਮਾਲ ਕਰ ਦੇਗਾ, ਤੁਹਾਨੂੰ ਗੁਰੂ ਦੀ ਗੋਦੀ ਚ ਬਾ ਦੇਗਾ। ਕਰਮਾਂ ਵਾਲਿਓ ਡਟ ਕੇ ਜ਼ੋਰ ਲਾਇਆ ਕਰੋ, ਲਾਇਆ ਲਾਇਆ, ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ। ਸਾਹਿਬ ਕਹਿੰਦੇ ਨੇ ਪਾਲਾ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਏ, ਨੇਮ ਨਾ ਟੁੱਟੇ,
ਨੇਮ ਨਾ ਟੁੱਟੇ ਅੰਮ੍ਰਿਤ ਵੇਲੇ ਦਾ ਹੁਣ ਅੱਗੇ ਆਈ ਹੈ ਠੰਡ ਆਖੋ ਸਤਨਾਮ ਹੁਣ ਤਾਂ ਚਲੋ ਮਾੜਾ ਮਾੜਾ ਹਾਲੇ ਤਾਂ ਕੋਈ ਬਹੁਤ ਜ਼ਿਆਦਾ ਠੰਡ ਨਹੀਂ ਹੁਣ ਅੱਗੇ ਸਾਧ ਸੰਗਤ ਠੰਡ ਵਧਣੀ ਆਪਣੇ ਆਪ ਨੂੰ ਹੁਣੇ ਤਿਆਰ ਕਰ ਲਾ ਹੁਣੇ ਔਰ ਮੈਂ ਇੱਕ ਗੱਲ ਬੋਲਦਿਆਂ ਜਿਹੜੇ ਅਭਿਆਸੀ ਨੇ ਨਾ ਇਹ ਉਹਨਾਂ ਨੂੰ ਸਵਾਦ ਪਤਾ ਹੋਣਾ ਜਿੰਨਾ ਬੰਦਗੀ ਦਾ ਆਨੰਦ ਠੰਡ ਦੇ ਵਿੱਚ ਹੈ ਨਾ ਸਾਧ ਸੰਗਤ ਜੀ ਗਰਮੀ ਚ ਨਹੀਂ ਆਖੋ ਸਤਨਾਮ ਜਿੰਨੇ ਮਹਾਂਪੁਰਖ ਤੁਸੀਂ ਵੇਖੋਗੇ ਨਾ ਸਾਰੇ ਪਹਾੜੀ ਇਲਾਕੇ ਸਾਧ ਸੰਗਤ ਠੰਡ ਦੇ ਵਿੱਚ ਇਬਾਦਤ ਵਿੱਚ ਬੜਾ ਮਨ ਲੱਗਦਾ ਬੜਾ ਮਨ ਲੱਗਦਾ ਡਟੇ ਰਹੋ ਤਗੜੇ ਰਹੋ ਗੁਰੂ ਨਾਨਕ ਸਾਹਿਬ ਦੀ ਨਜ਼ਰ ਮਾਣਨੀ ਹੈ ਹਰ ਬੰਦਾ ਕਹਿੰਦਾ ਜੀ ਮੈਨੂੰ ਨਜ਼ਰ ਮਿਲ ਜਾਏ ਮੈਨੂੰ ਬਖਸ਼ਿਸ਼ ਮਿਲ ਜਾਏ ਮੇਰੇ ਗੁਰੂ ਨਾਨਕ ਮੇਰੇ ਤੇ ਪ੍ਰਸੰਨ ਹੋ ਜਾਣ ਨਾਨਕ ਜੀ ਆਪਣੇ ਦੋਨੋਂ ਹੱਥ ਮੇਰੇ ਸਿਰ ਤੇ ਰੱਖ ਦੇਣਗੇ ਜੋ ਕੰਮ ਨਾਨਕ ਜੀ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਉਹ ਕੰਮ ਕਰੋ ਨਾਨਕ ਜੀ ਕਹਿੰਦੇ ਤੂੰ ਅੰਮ੍ਰਿਤ ਵੇਲੇ ਸੁੱਤਾ ਹੋਵੇ ਮੈਨੂੰ ਇੱਕ ਅੱਖ ਨਹੀਂ ਪਾਉਂਦਾ ਆਖੋ ਸਤਨਾਮ ਮੈਨੂੰ ਇੱਕ ਅੱਖ ਨਹੀਂ ਪਾਉਂਦਾ ਜੇ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰੇਗਾ ਸਭ ਕੁਝ ਬਚਿਆ ਤੈਨੂੰ ਦੇ ਦਿਆਂਗਾ ਆਖੋ ਸਤਨਾਮ ਸਭ ਕੁਝ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਭਰਿਆ ਹੱਥ ਅਰਦਾਸ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਗਰੀਬ ਨਿਵਾਜ ਰਹਿਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈਂ ਹਰ ਵੇਲੇ ਤੁਹਾਡੀ ਯਾਦ ਬਣੀ ਰਵੇ ਤੁਹਾਡਾ ਸਿਮਰਨ ਚੱਲਦਾ ਰਵੇ ਤੁਹਾਡੀ ਗੋਦੀ ਦਾ ਨਿਗਮਾਣਾ ਜਿੱਥੇ ਬੈਠਾ ਮਹਾਰਾਜ ਤੁਹਾਡੀ ਗੋਦੀ ਬਣਾ ਕੇ ਬੈਠੂ ਜਿੱਥੇ ਬੈਠਾ ਤੁਹਾਨੂੰ ਨਾਲ ਲੈ ਕੇ ਬੈਠੂ ਜਦੋਂ ਤੁਸੀਂ ਗੁਰੂ ਨਾਨਕ ਨੂੰ ਨਾਲ ਲੈ ਕੇ ਬੈਠੋਗੇ ਨਿੰਦਿਆ ਕਰਨ ਜੋਗੇ ਹੀ ਨਹੀਂ ਰਹੋਗੇ ਸੱਚਾਈ ਜੇ ਭਾਵਨਾ ਰੱਖੋਗੇ ਨਾਨਕ ਜੀ ਨਾਲ ਨਾਨਕ ਜੀ ਨਾਲ ਯਕੀਨ ਜਾਣਨਾ ਨਿੰਦਿਆ ਕਰਨ ਜੋਗੇ ਹੀ ਨਹੀਂ ਰਹੋਗੇ ਫਰੀਦਾਬਾਦ ਦਾਸ ਗਿਆ ਜੀ ਕੋਈ ਗੁਰਮੁਖ ਪਿਆਰੇ ਮਿਲੇ ਆਪਣੀ ਬਿਟੀਆ ਦੀ ਗੱਲ ਦੱਸੀ ਉਹਨਾਂ ਮੈਂ ਕਹਿ ਸਕਦਾ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੀ ਬਿਟੀ ਕਹਿੰਦੇ ਜੀ ਸਵੇਰੇ ਰੋਜ਼ ਅੰਮ੍ਰਿਤ ਵੇਲੇ ਉੱਠਦੀ ਰੋਜ਼ ਅੰਮ੍ਰਿਤ ਵੇਲੇ ਨੂੰ ਉੱਠਣ ਔਰ ਜਿਹੜਾ ਕਾਰਜ ਕਰਦੀ ਸਾਧ ਸੰਗਤ ਮੇਰਾ ਸੀਸ ਚੁੱਕਿਆ ਬੱਚੀ ਦੇ ਕੇ ਕਹਿੰਦੇ ਜਦੋਂ ਇਸ਼ਨਾਨ ਕਰਕੇ ਬਹਿੰਦੀ ਇਹਨਾਂ ਆਪਣਾ ਆਸਣ ਲਾਉਂਦੀ ਨੀਚੇ ਕੋਈ ਚਾਦਰ ਜਾਂ ਕੁਝ ਵੀ ਕਹਿ ਲਓ ਕਹਿੰਦੇ ਆਪਣਾ ਆਸਣ ਲਾਉਂਦੀ ਤੇ ਇੱਕ ਨਾਲ ਦੂਜਾ ਆਸਣ ਲਾਉਂਦੀ ਹੈ ਕੋ ਸਤਨਾਮ ਇੱਕ ਦੂਜੀ ਵਿਛਾਈ ਕਰਦੀ ਤੇ ਕਹਿੰਦੇ ਉਹ ਵਿਛਾਈ ਪਤਾ ਕਿਹਦੇ ਵਾਸਤੇ ਨਾਨਕ ਜੀ ਵਾਸਤੇ ਆਖੋ ਸਤਨਾਮ ਰੋਜ਼ ਭਾਵਨਾ ਬਣਾ ਬਣਾ ਜੋ ਸ਼ਰਧਾ ਕਰ ਸੇਵਦੇ ਗੁਰ ਇੱਕ ਆਪਣੇ ਆਸਣ ਲਾਇਆ ਇੱਕ ਨਾਲ ਨਾਨਕ ਜੀ ਦਾ ਆਸਣ ਲਾਇਆ ਤੇ ਜਦੋਂ ਜਪਣ ਬਹਿੰਦੀ ਹੈ ਨਾ ਤੇ ਅਰਦਾਸ ਕਰਕੇ ਬਹਿੰਦੀ ਨਾਨਕ ਜੀ ਮੈਂ ਜਪਣ ਲੱਗੀ ਹਾਂ ਮੇਰੇ ਨਾਲ ਬੈਠੋ ਆਖੋ ਸਤਨਾਮ ਮੇਰੇ ਨਾਲ ਬੈਠੋ ਹਾਜ਼ਰ ਨਾਜ਼ਰ ਭਾਵਨਾ ਬਣਾ ਕੇ ਬਹਿੰਦੀ ਹੈ ਨਾਨਕ ਜੀ ਮੇਰੇ ਨਾਲ ਨਾਨਕ ਜੀ ਪਰੇ ਤੋਂ ਪਰੇ ਦੁਨੀਆ ਬੈਠੀ ਹੈ ਪਰੇ ਤੋਂ ਪਰੇ ਪਿਆਰ ਵਾਲੇ ਸ਼ਰਧਾ ਵਾਲੇ ਬੈਠੇ ਨੇ ਸਾਧ ਬੜਾ ਕੁਝ ਸਿੱਖਣਾ ਹੈ ਹਾਲੇ ਅਸੀਂ ਮੈਂ ਉੱਥੇ ਮਹਿਸੂਸ ਕੀਤਾ ਮੈਂ ਕਿਹਾ ਵਾਕਈ ਮੈਂ ਆਪਣੇ ਮਨ 'ਚੋਂ ਸੋਚਿਆ ਮੈਂ ਕਿਹਾ ਬੱਚੀਏ ਬਹੁਤ ਅੱਗੇ ਹੈ ਤੂੰ ਸਾਡੇ ਤੋਂ ਆਖੋ ਸਾਧ ਬਹੁਤ ਇੰਨੀ ਭਾਵਨਾ ਤਾਂ ਸਾਧ ਸੰਗਤ ਕਿਸੇ ਵਿਰਲੇ ਦੀ ਬਣੇਗੀ ਜਿੱਥੇ ਬੈਠੇ ਨਾਨਕ ਜੀ ਨੂੰ ਨਾਲ ਲੈ ਕੇ ਬੈਠੋ ਈਰਖਾ ਕਰਨ ਜੋਗੇ ਨਹੀਂ ਰਹੋਗੇ ਦਵੈਤ ਭਾਵਨਾ ਆਏਗੀ ਨਹੀਂ ਅੰਦਰ ਜਿਸ ਪਤਾ ਹੋਏਗਾ ਨਾਨਕ ਜੀ ਨਾਲ ਬੈਠੇ ਨੇ ਮੇਰੇ ਆਖੋ ਸਾਧ ਬੜੀ ਉੱਚੀ ਅਵਸਥਾ ਮੰਗ ਤਾਂ ਸਕਦੇ ਹਾਂ ਜੀ ਮੰਗਣ ਨੂੰ ਤਾਂ ਰੋਕ ਨਹੀਂ ਨਹੀਂ ਗਰੀਬ ਨਿਵਾਜ ਰਹਿਣ ਦਿਨਸ ਗੁਰ ਦਇਆ ਕਰੋ ਬਸ ਆਹ ਪੰਗਤੀ ਅਗਰ ਸਾਧ ਸੰਗਤ ਹਿਰਦੇ ਚ ਵਸ ਗਈ ਤਾਂ ਗੱਲ ਬਣ ਜਾਏਗੀ ਆਖੋ ਸਤਨਾਮ ਅਰਦਾਸਾਂ ਕਰੀਏ ਸੱਚੇ ਪਾਤਸ਼ਾਹ ਰਹਿਣ ਦਿਨਸ ਰਾਤ ਦਿਨ
ਤੁਹਾਡੀਆਂ ਯਾਦਾਂ ਚ ਤੁਹਾਡੇ ਪਿਆਰ ਚ ਤੁਹਾਡੀ ਹਜ਼ੂਰੀ ਦੇ ਵਿੱਚ ਮੈਂ ਰਵਾਂ ਤੁਹਾਡੀ ਹਜ਼ੂਰੀ ਮਾਣਦਾ ਰਵਾਂ ਨਾਨਕ ਜੀ ਤੁਹਾਡੀ ਹਜ਼ੂਰੀ ਮਾਣਦਾ ਰਵਾਂ ਨਾਨਕ ਜੀ ਤੁਹਾਡੀ ਹਜ਼ੂਰੀ ਮਾਣਦਾ ਰਵਾਂ ਆਖੋ ਸਤਨਾਮ ਵਾਕਈ ਸਤਸੰਗ ਜੀ ਕਿਹੜੇ ਤਲ ਤੋਂ ਸ਼ੁਕਰਾਨਾ ਕਰੀਏ ਗੁਰੂ ਨਾਨਕ ਜੀ ਕਿਹੜੇ ਤਲ ਤਲ ਇੱਕ ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਸਾਰਾ ਦਿਨ ਸਕੂਨ ਰਹਿੰਦੇ ਆਖੋ ਸਕੂਨ ਕਈ ਵਾਰੀ ਦਾਸ ਕਹਿੰਦੇ ਆਹ ਦੁਨੀਆ ਹੀ ਅੱਡ ਹੈ ਜਦੋਂ ਸੂਰਜ ਚੜ੍ਹੇਗਾ ਨਾ ਉਹ ਦੁਨੀਆ ਅੱਡ ਹੈ ਆਖੋ ਸਤਨਾਮ ਉਹ ਦੁਨੀਆ ਆਹ ਦੁਨੀਆ ਦਾ ਨਜ਼ਾਰਾ ਹੀ ਕੋਈ ਆਹ ਦੁਨੀਆ ਦਾ ਰੰਗ ਹੀ ਕੁਝ ਹੋਰ ਜਿਹੜਾ ਮਾਣਦਾ ਹੈ ਸਾਧ ਸੰਗਤ ਜਿਹਨੂੰ ਇੱਕ ਵਾਰੀ ਫਿਰ ਰਸ ਆਇਆ ਉਹ ਨਹੀਂ ਛੱਡ ਸਕਦਾ ਉਹ ਨਹੀਂ ਛੱਡ ਸਕਦਾ ਨਾ ਇਸ ਸਮੇਂ ਦੇ ਵਿੱਚ ਇਸ ਦੁਨੀਆ ਦੇ ਵਿੱਚ ਜਿਹੜਾ ਆ ਅੰਮ੍ਰਿਤ ਵੇਲੇ ਦਾ ਸਮਾਂ ਨਾ ਈਰਖਾ ਨਾ ਦਵੈਤ ਨਾ ਨਿੰਦਿਆ ਨਾ ਕੋਈ ਮਾੜੇ ਫੁਰਨੇ ਨਾ ਕੋਈ ਵਾਸ਼ਨਾ ਇੱਕ ਖਾਲੀ ਯਾਦ ਆਖੋ ਸਤਨਾਮ ਇੱਕ ਯਾਦ ਸਹਿਜ ਖੇੜਾ ਨਾ ਨਾ ਟਿਕਾ ਸਾਰੇ ਦੇਵੀ ਗੁਣ ਆਲੇ ਦੁਆਲੇ ਫਿਰਦੇ ਹੁੰਦੇ ਨੇ ਸਤਸੰਗ ਆਖੋ ਸਤਨਾਮ ਸਾਰੇ ਦੇਵੀ ਗੁਣ ਆਲੇ ਦੁਆਲੇ ਫਿਰਦੇ ਹੁੰਦੇ ਜਿਹਨੂੰ ਮਰਜ਼ੀ ਹੱਥ ਪਾ ਲਓ ਐਸਾ ਮੁਬਾਰਕ ਗੁਰੂ ਨਾਨਕ ਭਾਗ ਲੈਣ ਰੋਜ਼ਾਨਾ ਮਾਣਿਆ ਕਰ ਔਰ ਜੋੜਿਆ ਕਰ ਅੱਗੇ ਦੀ ਅੱਗੇ ਜੋੜ ਅੱਗੇ ਦੀ ਅੱਗੇ ਜੋੜ ਜਿੰਨਾ ਜੋੜੋਗੇ ਬਸ ਲਾਟਰੀ ਨਹੀਂ ਲਾਟਰੀ ਖੁੱਲਣਗੇ ਆਖੋ ਸਤਨਾਮ